ਅਸਲਾਮ ਅਲੈਕੁਮ, ਕੀ ਹਾਲ ਹੈ ਜਨਾਬ? ਠੀਕ ਹੋ? ਖਰੀਅਤ ਹੈ? ਅੱਲਾਹ ਪਾਕ ਖੁਸ਼ ਰੱਖੇ, ਸਲਾਮਤ ਰੱਖੇ। ਮਾਸ਼ਾਅੱਲਾ ਜਨਾਬ, ਟਿੱਲਾ ਜੋਗੀਆਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਪਹਿਲੇ ਵਲੌਗ ਬਣਾਇਆ ਔਰ ਉਹ ਸਟਾਰਟ ਹੈ ਇਨਸ਼ਾਅੱਲਾ। ਇਹ ਮੈਂ ਥੋੜ੍ਹਾ ਜਿਹਾ ਅਲੱਗ ਵਲੌਗ ਬਣਾ ਰਿਹਾ ਇਸ ਵਾਲੇ ਦਿਨ, ਕਿਉਂਕਿ ਵੀਡੀਓ ਤੁਹਾਨੂੰ ਮੁਖਤਲਿਫ ਦਿਖਾਈਏ ਨਾ। ਪਿਛਲੇ ਸਾਲ ਜਦੋਂ ਮੈਂ ਆਇਆ ਸਾਂ ਤਾਂ ਇੱਥੇ ਸੰਨਾਂ ਦਾ ਕੰਮ ਸ਼ੁਰੂ ਸੀ, ਬਲਕਿ ਕੋਲੇ ਦਾ, ਔਰ ਵਿੱਚੋਂ ਕੋਲਾ ਕੱਢ ਕੇ ਜਿਹੜਾ ਨਾ ਬੋਰੀਆਂ 'ਚ ਪਾਇਆ ਜਾਣਾ ਸੀ, ਇਹ ਤੁਹਾਨੂੰ ਨਜ਼ਰ ਆ ਰਿਹਾ ਸੀ। ਅਤੇ ਹੁਣ ਜਿਹੜਾ ਨਾ ਇਹ ਖਤਮ ਹੋ ਗਿਆ, ਕਿਉਂਕਿ ਇੱਥੇ ਦਾ ਕੋਲਾ ਜਿਹੜਾ ਨਾ ਟਿੱਲਾ ਜੋਗੀਆਂ ਦਾ ਬਹੁਤ ਸਖਤ ਹੈ, ਬਹੁਤ ਜ਼ਿਆਦਾ ਸਖਤ ਹੈ, ਕਿਉਂਕਿ ਇਸ ਦੇ ਕੋਲੇ 'ਚ ਨਾ ਅੱਗ ਪੈ ਜਾਣੀ ਹੈ, ਗੈਸ ਬਹੁਤ ਜ਼ਿਆਦਾ ਹੈ। ਉਸ ਸਾਈਡ 'ਤੇ ਤੁਹਾਨੂੰ ਦਿਖਾਉਂਦੇ ਹਾਂ, ਕੈਮਰਾਮੈਨ ਬਣਾ ਦਿਖਾਉਣਾ ਕਿ ਉਹ ਸਾਹਮਣੇ ਦੇਖਿਆ ਸੀ ਤੁਸੀਂ ਛੋਟੇ ਛੋਟੇ ਜਿਹੜੇ ਨਾ ਬਣੇ ਨੇ ਕਾਰ 'ਚ, ਉੱਥੇ ਵੀ ਜਿਹੜੇ ਨਾ ਮਕਸਦ ਹੈ ਕਿ ਉਹ ਬਿਠਾਉਣਾ ਬਣਾਏ ਨੇ ਆਪਣੇ, ਅਤੇ ਉੱਥੇ ਵੀ ਜਿਹੜਾ ਕੋਲਾ ਕੱਢਿਆ ਜਾ ਰਿਹਾ, ਇੱਥੇ ਥੱਲੇ ਵੀ ਜਿਹੜੀਆਂ ਨਾ ਸੰਨਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਹੈ, ਇੱਧਰ ਮੈਂ ਤੁਹਾਨੂੰ ਦਿਖਾਉਂਦਾ, ਇਹ ਵੀ ਸੰਨ ਹੈ, ਇਹ ਤੱਕ ਉਹ ਬਣੇ ਆ ਜਿਹੜਾ, ਇਹ ਸੰਨ ਜਿਹੜੀ ਹੈ ਖਤਮ ਹੋ ਗਈ ਹੈ ਤਕਰੀਬਨ ਜਿਹੜੇ ਨਾ, ਅਤੇ ਬਿਲਕੁਲ ਜਿਹੜਾ ਨਾ ਹੇਠਾਂ ਬਹਿ ਗਈ ਹੈ। ਲੇਕਿਨ ਬਹੁਤ ਹੀ ਹਿੰਮਤ ਹੈ ਬਿਠਾਉਣਾ ਦੀ, ਯਕੀਨ ਮੰਨੋ ਕਿ ਇਸ ਦੇ ਵਿੱਚ ਇੱਥੇ ਅਸੀਂ ਖੜ੍ਹੇ ਹਾਂ ਨਾ, ਅਤੇ ਇਹਦੀ ਇਤਨੀ ਸਮੈਲ ਆ ਰਹੀ ਹੈ, ਅਤੇ ਇਸ ਵਾਸਤੇ ਇਹ ਬੜੀ ਹਿੰਮਤ ਹੈ ਉਹਨਾਂ ਦੀ ਕਿ ਇਤਨੀ ਗੈਸ ਹੋਣ ਦੇ ਬਾਵਜੂਦ ਵੀ ਜਿਹੜਾ ਨਾ ਇਹ ਉਹਨਾਂ ਕੋਲਾ ਕੱਢਦੇ ਰਹੇ। ਬਾਕੀ ਥੱਲੇ ਤੁਹਾਨੂੰ ਵਿਊ ਦਿਖਾਉਂਦੇ ਹਾਂ ਆਪਣੇ ਇਲਾਕੇ ਦਾ, ਜੇ ਅਸੀਂ ਟਿੱਲੇ ਜੋਗੀਆਂ ਤਾਂ ਅਜੇ ਟਿੱਲੇ ਉੱਤੇ ਨਾ ਪਹੁੰਚੇ ਮਾਸਰਾ, ਤਕਰੀਬਨ ਅਜੇ ਕੋਈ ਢੇਰ ਸਾਰਾ ਜਿਹੜਾ ਸਮਝੋ ਕਿ ਥੋੜ੍ਹਾ ਜਿਹਾ ਸਫ਼ਰ ਰਹਿੰਦਾ, ਲੇਕਿਨ ਟਿੱਲੇ ਉੱਪਰ ਪਹੁੰਚਿਆ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ। ਹੋਰ ਇਹ ਤੁਹਾਨੂੰ ਥੱਲੇ ਵਾਲਾ ਵਿਊ ਦਿਖਾਉਂਦੇ ਆਪਣੇ ਇਲਾਕੇ ਦਾ, ਨਜ਼ਾਰਾ ਵੇਖੋ ਜਨਾਬ ਸਾਰਾ, ਠੀਕ ਹੈ? ਅਜੇ ਥੋੜ੍ਹਾ ਮੌਸਮ ਖਰਾਬ ਹੈ, ਮੌਸਮ ਖਰਾਬ ਨਹੀਂ ਵਜ੍ਹਾ ਤੋਂ ਸਹੀ ਨਜ਼ਰ ਨਹੀਂ ਆ ਰਿਹਾ, ਲੇਕਿਨ ਇਹ ਥੱਲੇ ਸਾਡੇ ਸਾਰੇ ਗ੍ਰਾਂ ਨੇ, ਅਤੇ ਟਿੱਲਾ ਜੋਗੀਆਂ ਜੋਗੀਆਂ ਤੋਂ ਮਸ਼ਹੂਰ ਹੈ ਕਿ ਉਹ ਤੁਹਾਨੂੰ ਉੱਤੇ ਦਿਖਾਵਾਂਗੇ ਵਲੌਗ ਜਿਹੜਾ ਹੈ ਸੰਨ ਵਾਲੇ ਨਾਲ ਹੈ। ਇਸ ਵਾਸਤੇ ਇਹ ਉਮੀਦ ਹੈ ਕਿ ਤੁਹਾਨੂੰ ਇਹ ਛੋਟਾ ਜਿਹਾ ਵਲੌਗ ਅੱਛਾ ਲੱਗਾ, ਤੁਸੀਂ ਅੱਛਾ ਲੱਗਿਆ ਤਾਂ ਕਮੈਂਟ ਜ਼ਰੂਰ ਕਰੇ, ਯੂਟਿਊਬ ਚੈਨਲ ਸਬਸਕ੍ਰਾਈਬ ਕਰੇ, ਲਾਈਕ ਕਰੇ, ਸ਼ੇਅਰ ਕਰੇ। ਬਾਕੀ ਜਨਾਬ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ, ਤੁਸੀਂ ਮੇਰੇ ਦੋਸਤ ਸਪੋਰਟ ਕਰਦੇ ਹੋ, ਖੁਸ਼ ਰਹੋ ਜਨਾਬ, ਅੱਲਾ ਹਾਫਿਜ਼। ਇਹ ਤੁਹਾਨੂੰ ਨਜ਼ਰ ਆ ਰਿਹਾ ਸੀ ਕਿ ਇਹ ਵੀ ਸੰਨ ਸੀ, ਬੰਦ ਕਰ ਛੁੜੀ ਨੇ ਵਿੱਚੋਂ, ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਣਾ, ਕਿਉਂਕਿ ਅੰਦਰ ਨਹੀਂ ਜਾਣ ਉਹਨਾਂ, ਸਮੈਲ ਇਤਨੀ ਆਉਂਦੀ ਹੈ ਕੋਈ ਹਿਸਾਬ ਹੀ ਨਹੀਂ। ਇਸ ਵਾਸਤੇ ਤੁਹਾਨੂੰ ਬਾਹਰ ਤੋਂ ਥੋੜ੍ਹੀ ਜਿਹੀ ਦਿਖਾ ਦਿੰਦੇ ਹਾਂ, ਉਹ ਪਿੱਛੇ ਭਾਈ ਜੀ ਦੇਖੋ ਸਾਡੇ ਆ ਰਹੇ ਨੇ, ਇਹ ਬੜੇ ਅਰਸੇ ਤੋਂ ਬਾਅਦ ਪਹਾੜ ਦੇ ਵਿੱਚ ਆਏ, ਅਤੇ ਇਹ ਪਿੱਛੇ ਦੇਖੋ ਜਿਹੜਾ ਅਸੀਂ ਸਫ਼ਰ ਕਰਕੇ ਆਏ ਹਾਂ, ਜਾ ਇਹ ਦੇਖੋ ਕਿਤਨਾ ਪਿਆਰਾ ਜਿਹੜਾ ਇਹ ਆਮ ਚੀਜ਼, ਵੈਸੇ ਤਾਂ ਬੰਦਾ ਇਹ ਸਮਝਣਾ ਕਿ ਇੱਕ ਵੈਸੇ ਹੈ, ਲੇਕਿਨ ਇੱਕ ਬੜਾ ਨਜ਼ਾਰਾ ਹੋਣਾ ਕਿ ਦੇਖੋ ਵਿੱਚ ਪੱਥਰ ਦੇ ਵਿੱਚ ਕਿਸ ਕਿਸਮ ਦਾ ਪੱਥਰ ਹੈ, ਠੀਕ ਹੈ? ਬਾਕੀ ਤੁਸਾਂ ਇਹ ਸੰਨ ਦੇਖੋ ਕੋਲੇ ਦੀ, ਵੈਸੇ ਕੋਲੇ ਦੀਆਂ ਸੰਨਾਂ ਉੱਪਰ ਵੀ, ਲੇਕਿਨ ਇਹ ਕੱਢੀਆਂ ਗਈਆਂ ਨੇ, ਔਰ ਦੇਖੋ ਇੱਥੋਂ ਗੱਡੀ ਕਿਸ ਤਰ੍ਹਾਂ ਜਾਂਦੀ ਹੈ, ਦੇਖੋ ਰਸਤਾ ਗੱਡੀ ਦਾ ਟਰੱਕ ਲੋਡ ਹੋਇਆ ਕਿਸ ਤਰ੍ਹਾਂ ਗੁਜ਼ਰ ਕੇ ਜਾਂਦਾ ਹੈ, ਅਤੇ ਬਾਕੀ ਇਹ ਇਸ ਵਜ੍ਹਾ ਤੋਂ ਖਤਮ ਹੋ ਗਈਆਂ, ਕਿਉਂਕਿ ਇਸ ਤੋਂ ਜ਼ਿਆਦਾਤਰ ਜਿਹੜਾ ਨਾ ਕੋਲਾ ਸਖਤ ਹੈ, ਦੇਖੋ ਇਤਨੀ ਸਮੈਲ ਆ ਰਹੀ ਹੈ, ਤੁਸੀਂ ਇੱਕ ਦਫ਼ਾ ਵਿਜ਼ਿਟ ਕਰੋ, ਬੜਾ ਨਜ਼ਾਰਾ ਹੈ ਮਾਸ਼ਾਅੱਲਾ। ਗੈਸ ਜਿਹੜੀ ਹੈ ਨਾ ਕੋਲੇ ਦੀ ਉਹ ਜ਼ਿਆਦਾ ਹੈ,